ਸਤਿ ਸ੍ਰੀ ਅਕਾਲ ਯੂਜੀਨ ਰਾਇਮਰ ਮਿਡਲ ਸਕੂਲ ਵੱਲੋਂ ਇਹ ਵੀਡੀਓ ਤਿਆਰ ਕੀਤੀ ਗਈ ਹੈ ਬੱਚਿਆਂ ਨੇ ਘਰ ਵਿੱਚ ਕਿਵੇਂ ਸਿੱਖਣਾ ਮਾਪਿਆਂ ਲਈ ਸੁਝਾਅ ਇਸ ਵੀਡੀਓ ਵਿੱਚ ਮੈਂ ਮਾਪਿਆਂ ਲਈ ਸੁਝਾਅ ਪ੍ਰਦਾਨ ਕਰ ਰਿਹਾ ਹਾਂ ਕਿ ਬੱਚੇ ਇਸ ਚੁਣੌਤੀਪੂਰਨ ਸਮੇਂ ਦੌਰਾਨ ਘਰ ਵਿੱਚ ਕਿਵੇਂ ਬਿਹਤਰ ਢੰਗ ਨਾਲ ਸਿੱਖ ਸਕਦੇ ਹਨ ਇਸ ਵੀਡੀਓ ਨੂੰ 6 ਭਾਗਾਂ ਵਿੱਚ ਵੰਡਿਆ ਜਾਵੇਗਾ ਨੰਬਰ 1 ਰੂਟੀਨ ਨੰਬਰ 2 ਕੰਮ ਕਰਨ ਲਈ ਜਗ੍ਹਾ ਨੰਬਰ 3 ਤੁਹਾਡੀ ਬੱਚੇ ਦੀ ਮਦਦ ਨੰਬਰ 4 ਘਰ ਵਿੱਚ ਕਿਵੇਂ ਸਿੱਖਣਾ ਨੰਬਰ 5 ਸਿੱਖਣ ਦੀ ਯੋਜਨਾ ਅਤੇ ਨੰਬਰ 6 ਵਿਦਿਆਰਥੀ ਦੀ ਰਿਪੋਰਟ ਕਾਰਡ ਰੂਟੀਨ ਬੱਚੇ ਦੇ ਰੂਟੀਨ ਵਿੱਚ ਜਦੋਂ ਰੁਕਾਵਟ ਪੈ ਜਾਵੇ ਇਹ ਇੱਕ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਜ਼ਰੂਰੀ ਹੈ ਕਿ ਬੱਚੇ ਦੀ ਕਾਮਯਾਬੀ ਲਈ ਇੱਕ ਸਕੈਜੂਲ ਜਾਂ ਇੱਕ ਟਾਈਮ ਟੇਬਲ ਬਣਾਇਆ ਜਾਵੇ ਜਿਸ ਵਿੱਚ ਲਿਖਿਆ ਹੋਵੇ ਕਿ ਕਿਹੜੇ ਸਮੇਂ ਬੱਚੇ ਨੇ ਸੌਣਾ ਕਿਹੜੇ ਸਮੇਂ ਜਾਗਣਾ ਅਤੇ ਕਿਹੜੇ ਸਮੇਂ ਖਾਣਾ ਅਤੇ ਪੀਣਾ ਦੂਜੀ ਗੱਲ ਸਵੇਰੇ ਤਿਆਰ ਹੋ ਕੇ ਬੱਚੇ ਆਪਣੇ ਸਕੂਲ ਵਾਲੇ ਹੀ ਕੱਪੜੇ ਪਾਉਣ ਇੰਝ ਨਾ ਹੋਵੇ ਕਿ ਸਵੇਰੇ ਉੱਠ ਕੇ ਅਤੇ ਉਹੀ ਰਾਤ ਵਾਲੇ ਕੱਪੜਿਆਂ ਦੇ ਵਿੱਚ ਸਾਰਾ ਦਿਨ ਰਹਿਣ ਇਸ ਤਰ੍ਹਾਂ ਮਾਹੌਲ ਨਹੀਂ ਬਣੇਗਾ ਤੀਜੀ ਗੱਲ ਜਦੋਂ ਬੱਚੇ ਨੇ ਪੜ੍ਹਾਈ ਕਰਨੀ ਆ ਉਹ ਵੀ ਸਮਾਂ ਸੈੱਟ ਕੀਤਾ ਜਾਵੇ ਇੰਝ ਨਾ ਹੋਵੇ ਕਿ ਜਦੋਂ ਬੱਚੇ ਦਾ ਜੀ ਕਰੇ ਅਤੇ ਆਪਣਾ ਕੰਪਿਊਟਰ ਚੱਕੇ ਅਤੇ ਘਰ ਸਕੂਲ ਦੀ ਪੜ੍ਹਾਈ ਕਰਨ ਸਵੇਰੇ ਦੁਪਹਿਰੇ ਸ਼ਾਮ ਰਾਤ ਪੜ੍ਹਨ ਦਾ ਸਮਾਂ ਜ਼ਰੂਰ ਸਕੈਜੂਲ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਔਰ ਕਦੋਂ ਇਹਨਾਂ ਨੂੰ ਪੜ੍ਹਾਈ ਤੋਂ ਬ੍ਰੇਕ ਮਿਲਣੀ ਆ ਚੌਥੀ ਗੱਲ ਬੱਚੇ ਕਸਰਤ ਜ਼ਰੂਰ ਕਰਨ ਜਿੰਨਾ ਕੁ ਘਰ ਦੇ ਵਿੱਚ ਹੋ ਸਕਦਾ ਜਾਂ ਫਰੰਟ ਯਾਰਡ ਜਾਂ ਬੈਕ ਯਾਰਡ ਦੇ ਵਿੱਚ ਪੰਜਵੀਂ ਗੱਲ ਮਾਪੇ ਆਪੇ ਪਰਿਵਾਰ ਦੇ ਮੈਂਬਰ ਨਾਲ ਗੱਲਬਾਤ ਕਰਨੀ ਜਿਹਨੂੰ ਆਪਾਂ ਕਮਿਊਨੀਕੇਸ਼ਨ ਕਹਿੰਦੇ ਹਾਂ ਬਹੁਤ ਜ਼ਰੂਰੀ ਆ ਇਸ ਤਰ੍ਹਾਂ ਨਾ ਹੋਵੇ ਕਿ ਬੱਚੇ ਆਪਣੇ ਕੰਪਿਊਟਰ ਜਾਂ ਫੋਨ ਜਾਂ ਆਈਪੋਡ 'ਤੇ ਹੀ ਲੱਗੇ ਰਹਿਣ ਗੱਲਬਾਤ ਕਰਨੀ ਬਹੁਤ ਜ਼ਰੂਰੀ ਆ ਅਤੇ ਇਹ ਸਾਰਾ ਸਕੈਜੂਲ ਬੱਚੇ ਨੂੰ ਨਾਲ ਬਿਠਾ ਕੇ ਤਿਆਰ ਕਰਕੇ ਉਹਨਾਂ ਦੀ ਸਹਿਮਤੀ ਨਾਲ ਉਹਨਾਂ ਨੂੰ ਪੁੱਛ ਕੇ ਰਲ ਮਿਲ ਕੇ ਸਕੈਜੂਲ ਤਿਆਰ ਕਰਕੇ ਲਿਖਤੀ ਰੂਪ ਵਿੱਚ ਅਤੇ ਫਰਿੱਜ 'ਤੇ ਲਾਇਆ ਜਾਵੇ ਜਿੱਥੇ ਬੱਚੇ ਵੀ ਦੇਖਣ ਅਤੇ ਮਾਪਿਆਂ ਨੂੰ ਵੀ ਪਤਾ ਹੋਵੇਗਾ ਇਸ ਦੇ ਵਿੱਚ ਬੱਚੇ ਦੀ ਨਿੱਤ 7 ਦਿਨ ਦੀ ਜਿਹੜਾ ਸਕੈਜੂਲ ਲਿਖਿਆ ਜਾਵੇ ਇਸ ਦੇ ਵਿੱਚ ਬੱਚੇ ਦੀ ਕਾਮਯਾਬੀ ਜ਼ਰੂਰ ਹੋਵੇਗੀ ਘਰ ਦੇ ਅੰਦਰ ਸਕੂਲ ਦੀ ਪੜ੍ਹਾਈ ਕਰਨ ਦੇ ਲਈ ਇੱਕ ਵਿਸ਼ੇਸ਼ ਜਗ੍ਹਾ ਤਿਆਰ ਕੀਤੀ ਜਾਵੇ ਜਿਸ ਵਿੱਚ ਚੁੱਪ ਚਾਪ ਹੋਵੇ ਚਾਨਣ ਦਾ ਪ੍ਰਬੰਧ ਹੋਵੇ ਇੱਕ ਡੈਸਕ ਜਾਂ ਟੇਬਲ ਬੱਚੇ ਦੇ ਕੱਦ ਮੁਤਾਬਕ ਹੋਵੇ ਇੱਕ ਟੋਕਰੀ ਵਿੱਚ ਇਹਨਾਂ ਦੀ ਸਪਲਾਈ ਹੋਵੇ ਪੈੱਨ ਪੈਨਸਲ ਪੇਪਰ ਪੰਜਵੀਂ ਚੀਜ਼ ਇੱਕ ਕੰਪਿਊਟਰ ਦੀ ਜ਼ਰੂਰਤ ਹੈ ਜਾਂ ਟੈਬਲੇਟ ਕਿਉਂਕਿ ਤਕਰੀਬਨ ਸਾਰੀ ਪੜ੍ਹਾਈ ਹੁਣ ਔਨਲਾਈਨ ਹੋਵੇਗੀ ਅਤੇ ਸਭ ਤੋਂ ਵੱਡੀ ਗੱਲ ਕਿ ਉਹ ਜਗ੍ਹਾ ਤਿਆਰ ਕੀਤੀ ਜਾਵੇ ਜੋ ਕਿ ਘਰ ਵਿੱਚ ਸਾਂਝੀ ਆ ਜਿੱਥੇ ਸਾਰੇ ਜਾ ਸਕਦੇ ਆ ਕਿਚਨ ਹੋਵੇ ਲਿਵਿੰਗ ਰੂਮ ਡਾਇਨਿੰਗ ਰੂਮ ਬੱਚੇ ਨੂੰ ਆਪਣੀ ਸਕੂਲ ਦੀ ਪੜ੍ਹਾਈ ਆਪਣੇ ਕਮਰੇ ਵਿੱਚ ਨਹੀਂ ਕਰਨੀ ਚਾਹੀਦੀ ਕਿਉਂਕਿ ਜਿੱਥੇ ਬੱਚਾ ਇਕੱਲਾ ਹੋਵੇ ਨਾਲ ਇਹਨਾਂ ਦੇ ਕੋਲ ਕੰਪਿਊਟਰ ਹੈ ਅਤੇ ਇਹਨਾਂ ਦਾ ਧਿਆਨ ਆਸੇ ਪਾਸੇ ਬੜਾ ਜਲਦੀ ਹੋ ਸਕਦਾ ਸੋ ਇਸ ਵਾਸਤੇ ਜਿਹੜੀ ਜਗ੍ਹਾ ਤਿਆਰ ਕੀਤੀ ਉਹ ਸਾਂਝੀ ਹੋਵੇ ਸਕੂਲ ਦੀ ਪੜ੍ਹਾਈ ਲਈ ਬੱਚੇ ਦੀ ਕਿਤਨੀ ਕੁ ਮਦਦ ਕੀਤੀ ਜਾਵੇ ਇਹ ਇਸ ਗੱਲ 'ਤੇ ਨਿਰਭਰ ਹੈ ਕਿ ਬੱਚੇ ਦੀ ਉਮਰ ਕੀ ਹੈ ਔਰ ਉਹਨਾਂ ਦੀਆਂ ਲੋੜਾਂ ਕੀ ਹਨ ਇਸ ਦੇ ਸੰਬੰਧ ਵਿੱਚ 3 ਸੁਝਾਅ ਹਨ ਨੰਬਰ 1 ਬੱਚੇ ਦੀ ਮਦਦ ਦਿਲਚਸਪੀ ਨਾਲ ਕਰਨੀ ਆ ਨੰਬਰ 2 ਖੁਸ਼ ਹੋ ਕੇ ਗੱਲ ਕਰਨੀ ਅਤੇ ਹਰ ਵਕਤ ਬੱਚੇ ਨੂੰ ਪੜ੍ਹਾਈ ਕਰਨ ਵਾਸਤੇ ਉਤਸ਼ਾਹਿਤ ਕਰਨਾ ਤੀਜੀ ਗੱਲ ਆਪਣੇ ਆਪ ਅਤੇ ਆਪਣੇ ਬੱਚਿਆਂ ਦੇ ਨਾਲ ਧੀਰਜ ਰੱਖੋ ਇਹ ਸਾਰਿਆਂ ਵਾਸਤੇ ਇੱਕ ਨਵਾਂ ਤਜਰਬਾ ਹੈ ਜੋ ਮੁਸ਼ਕਲ ਦੀ ਘੜੀ ਵਿੱਚ ਆਪਾਂ ਸਾਰੇ ਲੰਘ ਰਹੇ ਹਾਂ ਇਸ ਕਰਕੇ ਪੜ੍ਹਾਈ ਨਾਲੋਂ ਵੀ ਜ਼ਰੂਰੀ ਹੈ ਕਿ ਤੁਹਾਡਾ ਬੱਚਾ ਮਹਿਸੂਸ ਕਰਨ ਕਿ ਉਹ ਸੁਰੱਖਿਅਤ ਹੈ ਉਹ ਮਹਿਸੂਸ ਕਰਨ ਕਿ ਉਹਨਾਂ ਨੂੰ ਕੋਈ ਪਿਆਰ ਕਰ ਰਿਹਾ ਔਰ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਹਮੇਸ਼ਾ ਕੋਈ ਤਿਆਰ ਹੈ ਆਪ ਸਾਰਿਆਂ ਨੂੰ ਪਤਾ ਹੋਵੇਗਾ ਕਿ ਮਾਰਚ 17 ਤਰੀਕ ਨੂੰ ਪ੍ਰੋਵਿੰਸ਼ਲ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਕੂਲਾਂ ਦੇ ਵਿੱਚ ਪੜ੍ਹਾਈ ਬੰਦ ਰਹੇਗੀ ਇਸ ਕਰਕੇ ਐਬਟਸਫੋਰਡ ਸਕੂਲ ਡਿਸਟ੍ਰਿਕਟ ਨੇ ਨਾਲ ਹੀ ਤਿਆਰੀ ਸ਼ੁਰੂ ਕਰ ਦਿੱਤੀ ਕਿ ਘਰ ਵਿੱਚ ਬੱਚਿਆਂ ਦੀ ਪੜ੍ਹਾਈ ਕਿਵੇਂ ਹੋਵੇ
ਸਾਡੀ ਇੱਛਾ ਹੈ ਕਿ ਸਟਾਫ, ਵਿਦਿਆਰਥੀ ਅਤੇ ਉਹਨਾਂ ਦੇ ਪਰਿਵਾਰ ਇਸ COVID-19 ਬਿਮਾਰੀ ਤੋਂ ਬਚੇ ਰਹਿਣ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਬੱਚੇ ਦੀ ਜ਼ਿੰਦਗੀ ਵਿੱਚ ਸਕੂਲ ਦਾ ਹਿੱਸਾ, ਪੜ੍ਹਾਈ ਦਾ ਹਿੱਸਾ ਬਹੁਤ ਵੱਡਾ ਹੈ, ਪਰ ਪੜ੍ਹਾਈ ਨਾਲੋਂ ਵੀ ਵੱਧ ਬੱਚੇ ਦੀ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ ਹੈ। ਇਸ ਲਈ ਪ੍ਰੋਵਿੰਸ਼ਲ ਸਰਕਾਰ ਨੇ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਵੱਧ ਤੋਂ ਵੱਧ ਘਰ ਰਹਿਣਾ, ਔਰ ਇਸ ਕਰਕੇ ਐਬਟਸਫੋਰਡ ਸਕੂਲ ਡਿਸਟ੍ਰਿਕਟ ਨੇ ਬੱਚਿਆਂ ਦੀ ਪੜ੍ਹਾਈ ਲਈ ਇੱਕ ਯੋਜਨਾ ਬਣਾਈ ਹੈ। ਅਸੀਂ ਵਿਦਿਆਰਥੀਆਂ ਦੀ ਸਮਰੱਥਾ ਦੀ ਯੋਜਨਾ ਨੂੰ ਵਿਕਸਿਤ ਕਰਨ ਲਈ ਆਪਣਾ ਕੰਮ ਜਾਰੀ ਰੱਖ ਰਹੇ ਹਾਂ, ਕਿਉਂਕਿ ਅਸੀਂ ਇਸ ਤਬਦੀਲੀ ਨੂੰ ਆਨਲਾਈਨ ਸਿਖਲਾਈ ਦੇ ਵਾਤਾਵਰਣ ਵਿੱਚ ਬਦਲ ਰਹੇ ਹਾਂ। ਇਸ ਦੇ ਸੰਬੰਧ ਵਿੱਚ ਕੁਝ ਮਹੱਤਵਪੂਰਨ ਨੁਕਤੇ ਹਨ। ਨੰਬਰ 1, ਵਿਦਿਆਰਥੀਆਂ ਦੀ ਸਮਾਜਿਕ ਅਤੇ ਭਾਵਨਾਤਮਕ ਤੰਦਰੁਸਤੀ। ਨੰਬਰ 2, ਸਕੂਲ ਦੇ ਮੁੱਖ ਵਿਸ਼ਿਆਂ ਦੀ ਸਪੋਰਟ ਕਰਨੀ। ਨੰਬਰ 3, ਹਰੇਕ ਬੱਚੇ ਲਈ ਹਰ ਹਫ਼ਤੇ ਆਪਣੀ ਸਿਖਲਾਈ ਅਤੇ ਕੰਮ ਕਰਨ ਦਾ ਸਮਾਂ। ਨੰਬਰ 4, ਘਰ ਵਿੱਚ ਲੋੜੀਂਦੀ ਟੈਕਨੋਲੋਜੀ ਜਾਂ ਸਮੱਗਰੀ ਦੀ ਜ਼ਰੂਰਤ। ਅਤੇ ਨੰਬਰ 5, ਇੰਟਰਨੈੱਟ ਤੋਂ ਸਰੋਤਾਂ ਤੱਕ ਪਹੁੰਚਣਾ। ਅਸੀਂ ਜਾਣਦੇ ਹਾਂ ਕਿ KG ਤੋਂ ਲੈ ਕੇ 12ਵੀਂ ਤੱਕ ਵਿਦਿਆਰਥੀਆਂ ਦੀ ਪੜ੍ਹਾਈ ਹੁਣ ਕੁਝ ਵੱਖਰੀ ਹੀ ਹੋਵੇਗੀ। ਸਾਡਾ ਇਹ ਇਰਾਦਾ ਨਹੀਂ ਕਿ ਜੋ ਕਲਾਸਰੂਮ ਵਿੱਚ ਹੋ ਰਿਹਾ ਸੀ ਉਹੀ ਘਰ ਵਿੱਚ ਹੋਵੇ, ਐਸਾ ਨਹੀਂ ਹੋ ਸਕਦਾ। ਪਰ ਸਾਡਾ ਯਤਨ ਹੈ ਕਿ ਵੱਧ ਤੋਂ ਵੱਧ ਸਿੱਖਣ ਵਾਸਤੇ ਬੱਚਿਆਂ ਨੂੰ ਘਰ ਦੇ ਵਿੱਚ ਮੌਕੇ ਦਿੱਤੇ ਜਾਣ। ਸਾਨੂੰ ਨਹੀਂ ਪਤਾ ਕਿਤਨੇ ਕੁ ਸਮੇਂ ਲਈ ਸਕੂਲ ਬੰਦ ਰਹਿਣਗੇ, ਕਿਉਂਕਿ ਇਹ COVID-19 ਬਿਮਾਰੀ ਜੋ ਹੈ ਹਜੇ ਵੀ ਫੈਲ ਰਹੀ ਆ। ਪ੍ਰੋਵਿੰਸ਼ਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਹਰ ਵਿਦਿਆਰਥੀ ਇਸ ਸਾਲ ਲਈ ਅੰਤਿਮ ਅੰਕ ਪ੍ਰਾਪਤ ਕਰੇਗਾ ਅਤੇ ਵਿਦਿਆਰਥੀ ਅਗਲੀ ਜਮਾਤ ਵਿੱਚ ਅੱਗੇ ਵਧਣਗੇ ਅਤੇ ਗ੍ਰੈਜੂਏਸ਼ਨ ਹੋਵੇਗੀ। ਐਬਟਸਫੋਰਡ ਸਕੂਲ ਡਿਸਟ੍ਰਿਕਟ ਹਮੇਸ਼ਾ ਤੁਹਾਡੇ ਨਾਲ ਹੈ। ਸਾਡਾ ਯਤਨ ਹੈ ਕਿ ਇਸ ਸਮੇਂ ਵੱਧ ਤੋਂ ਵੱਧ ਤੁਹਾਡੇ ਬੱਚਿਆਂ ਦੀ ਸਪੋਰਟ ਕੀਤੀ ਜਾਵੇ। ਹੋਰ ਜਾਣਕਾਰੀ ਲੈਣ ਦੇ ਲਈ ਤੁਸੀਂ ਵੈਬਸਾਈਟ 'ਤੇ ਜਾਓ, abbotsford.ca। ਮੈਂ ਆਸ ਰੱਖਦਾ ਹਾਂ ਕਿ ਆਪਾਂ ਸਾਰੇ ਰਲ ਮਿਲ ਕੇ ਇੱਕ ਦੂਜੇ ਨੂੰ ਉਤਸ਼ਾਹਿਤ ਕਰਦੇ ਹੋਏ ਇਸ ਮੁਸ਼ਕਲ 'ਤੇ ਫਤਿਹ ਪ੍ਰਾਪਤ ਕਰ ਸਕਦੇ ਹਾਂ। ਅਖੀਰ ਵਿੱਚ ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤ ਰਹਿਣ ਦੀ ਕਾਮਨਾ ਕਰਦਾ ਹਾਂ। ਇਸ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।